ਸਦੀਵੀ ਸੁੱਖ ਦੀ ਕਿਸੇ ਕੋਲ ਆਸ ਰੱਖਣੀ, ਐਸੇ ਮਨੁੱਖ ਨੂੰ ਹੀ ਕਹਿੰਦੇ ਨੇ ਭੁਲੇਖੇ ਚ ਭਰਮ ਦੇ ਚ। ਸ਼ਾਇਦ ਆਪ ਨੂੰ ਪਤਾ ਹੋਵੇ, ਵੇਦਾਂਤ ਮੂਰਖਤਾ ਦੇ ਤਿੰਨ ਲੱਛਣ ਦੱਸਦਾ ਹੈ। ਵਿਅਰਥ ਆਸ਼ਾ ਪਹਿਲਾ ਮੂਰਖਤਾ ਦਾ ਲੱਛਣ ਇਹ ਦੱਸਦਾ ਹੈ, ਦੂਜਾ ਵਿਅਰਥ ਕਰਮ, ਤੀਸਰਾ ਵਿਅਰਥ ਗਿਆਨ। ਕਹਿੰਦਾ ਮੂੜ ਮਨੁੱਖ ਦੀ ਕਿਸ ਤਰ੍ਹਾਂ ਪਹਿਚਾਣ ਕਰੋਗੇ? ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲੱਛਣ ਤਿੰਨ ਨੇ, ਵਿਅਰਥ ਆਸ਼ਾ। ਵਿਅਰਥ ਆਸ਼ਾ ਕੀ? ਕਿਸੇ ਕੋਲੋਂ ਸੁੱਖ ਦੀ ਆਸਾ, ਤੇ ਜੇ ਮੈਨੂੰ ਕਿਸੇ ਕੋਲ ਸੁੱਖ ਮਿਲ ਸਕਦਾ ਫਿਰ ਪਰਮਾਤਮਾ ਦੀ ਕੀ ਲੋੜ ਹੈ? ਗੱਲ ਖਤਮ। ਫਿਰ ਕੀ ਲੋੜ ਹੈ ਪਰਮਾਤਮਾ ਦਾ ਨਾਮ ਜਪਣ ਦੀ? ਕਿਸੇ ਕੋਲ ਸਦੀਵੀ ਸੁੱਖ ਦੀ ਆਸਾ ਰੱਖਣੀ, ਸਦੀਵੀ ਸੁੱਖ ਮੈਂ ਕਹਿ ਰਿਹਾ, ਸਦੀਵੀ ਸੁੱਖ ਨਹੀਂ ਹੈ ਪਰ ਆਸਾ ਰੱਖਣੀ, ਕਹਿੰਦੇ ਨੇ ਮੂਰਖਤਾ ਦਾ ਇਹ ਪਹਿਲਾ ਲੱਛਣ ਵਿਅਰਥ ਆਸ਼ਾ। ਹਰ ਸੁੱਖ ਬੇਰਸ ਹੋ ਜਾਂਦਾ ਹੈ, ਹਰ ਸੁੱਖ ਦੁੱਖ ਦੇ ਚ ਬਦਲ ਜਾਂਦਾ ਹੈ, ਹਰ ਸੁੱਖ ਆਮ ਰੋਜ਼ ਦੀ ਰੂਟੀਨ ਬਣ ਜਾਂਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਦੂਸਰਾ ਵਿਅਰਥ ਕਰਮ, ਕਿਹੜਾ ਵਿਅਰਥ ਕਰਮ? ਜਿਹਦਾ ਕੋਈ ਫਲ ਹੀ ਨਹੀਂ ਹੈ, ਕੁਛ ਵੀ ਫਲ ਨਹੀਂ। ਜੈਸੇ ਹੁਣ ਕਹੀਏ ਪੁੰਨਿਆਂ ਦਾ ਵਰਤ ਰੱਖਦਾ ਪਿਆ, ਮਸਿਆ ਦਾ ਵਰਤ ਰੱਖਦਾ ਪਿਆ, ਪਿੱਪਲ ਨੂੰ ਪਾਣੀ ਦਿੰਦਾ ਪਿਆ, ਇੱਕ ਤਿਉਹਾਰ ਹੈ ਭਾਰਤ ਦੇ ਚ, ਉਸ ਦਿਨ ਮਾਤਾਵਾਂ ਆਂਵਲੇ ਦੇ ਦਰਖਤ ਨੂੰ ਧਾਗਾ ਬੰਨਣਗੀਆਂ। ਆਂਵਲੇ ਦਾ ਇੱਕ ਦਰਖਤ ਕਿਧਰੇ ਸਾਡੇ ਗੁਰਮਤ ਸਮਾਗਮ ਸਥਾਨ ਤੇ, ਕਦੀ ਕਦੀ ਉਹਨਾਂ ਦਾ ਤਿਉਹਾਰ ਸਾਡੇ ਛੋਟੇ ਸਮਾਗਮ ਦੇ ਦਿਨਾਂ 'ਚ ਆ ਜਾਂਦਾ। ਬੜੀਆਂ ਮਾਤਾਵਾਂ ਆਉਂਦੀਆਂ ਹਿੰਦੂ ਘਰਾਣੇ ਦੀਆਂ, ਕਈ ਦਫ਼ਾ ਰਾਗੀ ਸਿੰਘ ਔਖੇ ਹੁੰਦੇ ਨੇ ਤੇ ਡਿਸਟਰਬ ਕਰਨਗੇ, ਵੀ ਆਪਣੇ ਗੀਤ ਗਾਉਣ ਲੱਗ ਪੈਂਦੀਆਂ, ਤੇ ਕਈ ਦਫ਼ਾ ਮੈਨੂੰ ਕਿਹਾ ਇਹ ਆਂਵਲਾ ਕੱਟ ਦਿਓ, ਮੈਂ ਕਹਿ ਨਹੀਂ ਲੱਗੇ ਹੋਇਆ ਠੀਕ ਹੈ। ਕਦੀ ਕਦਾਈ ਇਸ ਤਰ੍ਹਾਂ ਹੁੰਦਾ, ਅੱਗੇ ਪਿੱਛੇ ਤਿਉਹਾਰ ਉਹਨਾਂ ਦਿਨਾਂ 'ਚ ਨਹੀਂ ਆਉਂਦਾ। ਉਹ ਦਾਗਾ ਲਪੇਟਦੀਆਂ ਨੇ, ਪਰਿਕਰਮਾ ਕਰਦੀਆਂ ਨੇ, ਗੀਤ ਗਾਉਂਦੇ ਨੇ, ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ, ਉੱਥੇ ਦਾ ਚੌਕੀਦਾਰ ਚੁੱਕ ਲੈਂਦਾ, ਲੱਸੀ ਪਾਉਂਦੀਆਂ ਨੇ, ਦੁੱਧ ਪਾਉਂਦੀਆਂ ਨੇ। ਹੁਣ ਇਹ ਵਿਅਰਥ ਕਰਮ ਹੈ। ਦੁੱਧ ਪਿਲਾਉਣਾ ਕਿਸੇ ਜੀਵ ਜੰਤੂ ਨੂੰ ਪਿਲਾਓ, ਦਰਖਤ ਦੀ ਖੁਰਾਕ ਦੁੱਧ ਨਹੀਂ ਹੈ। ਜੈਸੇ ਪਾਣੀ ਪਾਣੀ ਵਿੱਚ ਰਹਿ ਸਕਦੀ ਹੈ ਮੱਛਲੀ, ਦੁੱਧ ਦੇ ਚ ਨਹੀਂ ਰਹਿ ਸਕਦੀ, ਦੁੱਧ ਦੇ ਮਟਕੇ ਚ ਪਾਓਗੇ ਮਰ ਜਾਏਗੀ, ਦੁੱਧ ਉਸਦੀ ਗਜ਼ਾ ਨਹੀਂ ਹੈ, ਪਾਣੀ ਹੈ। ਦਰਖਤ ਦੀ ਖੁਰਾਕ ਦੁੱਧ ਨਹੀਂ ਹੈ, ਪਾਈ ਜਾਂਦਾ, ਲੱਸੀ ਪਾਈ ਜਾਂਦਾ, ਧਾਗਾ ਲਪੇਟੀ ਜਾਂਦੇ ਨੇ, ਪੈਸੇ ਸੁੱਟੀ ਜਾਂਦੇ ਨੇ, ਪੈਸੇ ਦਰਿਆਵਾਂ 'ਚ ਸੁੱਟੀ ਜਾਂਦੇ ਨੇ, ਪੈਸੇ ਸਰੋਵਰਾਂ 'ਚ ਸੁੱਟੀ ਜਾਂਦੇ ਨੇ। ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਭਾਰਤ ਵਿੱਚ ਹੈ, ਮੈਂ ਤੇ ਸਾਰੇ ਯੂਰਪ ਦੇ ਚ ਦੇਖਿਆ, ਜਿੱਥੇ ਦੇਖਣਗੇ ਪਾਣੀ ਪੈਸੇ ਸੁੱਟਦੇ ਨੇ, ਅੰਗਰੇਜ਼ ਪੈਸੇ ਸੁੱਟਦੇ ਨੇ। ਹੈਰਾਨਗੀ ਹੋਈ ਮੈਨੂੰ ਦੇਖ ਕੇ। ਇਹਨੂੰ ਕਹਿੰਦੇ ਨੇ ਵਿਅਰਥ ਕਰਮ, ਵਿਅਰਥ ਕਰਮ। ਤੀਸਰਾ ਵਿਅਰਥ ਗਿਆਨ, ਜਿਹਨੂੰ ਅਮਲ ਦੇ ਚ ਨਹੀਂ ਲਿਆਉਣਾ, ਨਹੀਂ ਲਿਆਉਣਾ, ਪਤਾ ਤੇ ਚੱਲ ਗਏ ਲੇਕਿਨ ਅਮਲ ਦੇ ਚ ਨਹੀਂ ਲਿਆਉਣਾ, ਵਰਤਨ ਦੇ ਚ ਨਹੀਂ ਲਿਆਉਣਾ। ਵੇਦਾਂਤ ਆਚਾਰੀਆ ਕਹਿੰਦੇ ਨੇ ਮੂਰਖਤਾ ਦੇ ਤਿੰਨ ਲੱਛਣ ਨੇ।
ਵਿਅਰਥ ਆਸ਼ਾ, ਵਿਅਰਥ ਕਰਮ, ਵਿਅਰਥ ਗਿਆਨ। ਹੁਣ ਮੈਂ ਫਿਰ ਅਰਜ਼ ਕਰਾਂ, ਗਿਆਨ ਪ੍ਰਾਪਤ ਹੁੰਦਾ ਹੈ ਧਿਆਨ ਨਾਲ, ਬਿਨਾਂ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਹੁੰਦਾ। ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਹੈ, ਉਹਦੇ 'ਚ ਧਿਆਨ ਪੂਰਾ ਦੇਣਾ ਪਏਗਾ। ਧਿਆਨ ਬੀਜ ਹੈ ਗਿਆਨ ਦਾ, ਚਾਹੇ ਨੇਕੀ ਦਾ ਗਿਆਨ ਲੈਣਾ, ਬਦੀ ਦਾ ਗਿਆਨ ਲੈਣਾ, ਪਦਾਰਥ ਦਾ ਗਿਆਨ ਲੈਣਾ, ਪਰਮਾਤਮਾ ਦਾ ਗਿਆਨ ਲੈਣਾ, ਬਿਨਾਂ ਧਿਆਨ ਤੋਂ ਨਹੀਂ ਮਿਲੇਗਾ। ਭਾਰਤ ਦੇ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ, ਬਈ ਉਹ ਧਿਆਨ ਸਾਧਨਾ ਕਰ ਰਹੇ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਧਿਆਨ ਧਰੋ ਤੈਂ ਕੋ ਮਨ ਮੈਂ, ਜੈ ਕੋ ਅਮ ਤੋ ਸਵੇ ਜਗ ਛਾ। ਧਿਆਨ ਜੋੜ ਲਓ, ਇਹਦੀ ਸਾਰੀ ਧਿਆਨ ਸਾਧਨਾ ਦੀ ਗੱਲ ਹੈ। ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ, ਉਸਦਾ ਗਿਆਨ ਨਹੀਂ ਮਿਲੇਗਾ। ਹੁਣ ਦੂਸਰਾ ਨੁਕਤਾ, ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ, ਗਿਆਨ ਬਿਖਰ ਜਾਂਦਾ ਹੈ, ਧਿਆਨ ਵੀ ਬਿਖਰ ਜਾਂਦਾ ਹੈ। ਪਤਾ ਹੈ ਕਿਉਂ? ਮੈਂ ਇੱਕ ਦਫ਼ਾ ਫਿਰ ਦੁਹਰਾਉਂਦਾ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਣ। ਸ਼ੁਰੂ ਸ਼ੁਰੂ ਦੇ ਵਿੱਚ ਕਾਰ ਚਲਾਉਣਾ ਸਿੱਖ ਰਿਹਾ, ਬੜਾ ਧਿਆਨ ਹੈ, ਬੜਾ ਧਿਆਨ ਹੈ, ਬੜਾ ਧਿਆਨ ਹੈ। ਇੱਕ ਦਿਨ ਧਿਆਨ ਗਿਆਨ ਬਣ ਗਿਆ। ਹੁਣ ਤੇ ਕੀ ਹੈ, ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਹਾਂ, ਗੱਡੀ ਚਲਾ ਰਹੇ, ਹੁਣ ਤੇ ਟੇਪ ਸੁਣਦੇ ਹਾਂ, ਗੱਡੀ ਚਲਾ ਰਹੇ। ਕਿਉਂ? ਧਿਆਨ ਬਿਖਰ ਗਿਆ। ਕਿਉਂ ਬਿਖਰ ਗਿਆ? ਧਿਆਨ ਗਿਆਨ ਬਣ ਗਿਆ। ਇੱਕ ਗਿਆਨ ਕਤਈ ਬਿਖਰਦਾ ਨਹੀਂ, ਇੱਕ ਧਿਆਨ ਕਤਈ ਬਿਖਰਦਾ ਨਹੀਂ। ਕਿੱਥੇ? ਸ਼ਬਦ ਦੇ ਜੋੜਿਆ, ਪ੍ਰਭੂ ਦੇ ਜੋੜਿਆ। ਕਿਉਂ? ਗਿਆਨ ਕਦੀ ਪੂਰਾ ਨਹੀਂ ਹੁੰਦਾ, ਹੁੰਦਾ ਹੀ ਨਹੀਂ। ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪਰਮਾਤਮਾ ਕੁਝ ਬਾਕੀ ਰਹਿ ਜਾਂਦਾ। ਬਹੁਤਾ ਕਹੀਏ ਬਹੁਤਾ, ਬਹੁਤਾ ਔਰ ਜਿਤਨਾ ਮਨੁੱਖ ਜਾਣਦਾ ਹੈ, ਕਹਿੰਦਾ ਕੁਛ ਵੀ ਨਹੀਂ, ਇੱਥੇ ਕੁਛ ਵੀ ਨਹੀਂ, ਇੱਥੇ ਕੁਛ ਵੀ ਨਹੀਂ। ਅਗਰ ਕੋਈ ਇਹ ਜਾਣਨ ਦਾ ਦਾਅਵਾ ਕਰ ਲਵੇ, ਮੈਂ ਪਰਮਾਤਮਾ ਨੂੰ ਪੂਰਾ ਜਾਣ ਲਿਆ। ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੋਈ ਅਜਾਨ ਕਹੇ ਮੈਂ ਜਾਣਿਆ। ਅਣਜਾਣ ਸਮਝ ਲਓ, ਮੂੜ ਸਮਝ ਲਓ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਣਾ ਰਹੇ। ਜਿਹੜੇ ਥੋੜ੍ਹੇ ਬਹੁਤ ਵੀ ਅਨੁਭਵੀ ਨੇ, ਜ਼ਰੂਰ ਪਕੜਦੇ ਚਾਹੇਗੀ। ਪਰਮਾਤਮਾ ਦੇ 'ਚ ਇੱਕ ਦਫ਼ਾ ਧਿਆਨ ਜੁੜ ਜਾਏ, ਬਿਖਰਦਾ ਨਹੀਂ। ਕਿਉਂ? ਗਿਆਨ ਕਦੇ ਪੂਰਾ ਨਹੀਂ ਹੁੰਦਾ। ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਅਵਤਾਰਾਂ ਕੋਲ ਵੀ ਗਿਆਨ ਪੂਰਾ ਨਹੀਂ ਆਉਂਦਾ। ਅਵਤਾਰ ਨਾ ਪਾਵੇਂ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਮਹਾਰਾਜ ਤੇਂਜ ਕਹਿੰਦੇ, ਠੀਕ ਹੈ, ਕੋਈ ਅੰਸਾ ਅਵਤਾਰ ਹੈ, ਕੋਈ ਦੋ ਕਲਾ ਅਵਤਾਰ ਹੈ, ਕੋਈ ਅੱਠ ਕਲਾ ਅਵਤਾਰ ਹੈ, ਕੋਈ 12 ਕਲਾ, 14 ਕਲਾ, ਕੋਈ 16 ਕਲਾ ਅਵਤਾਰ ਹੈ। ਹੁਣ ਪਏ ਅਵਤਾਰ ਨਾ ਪਾਵੇਂ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਇਸ ਵਾਸਤੇ ਰਹਿਸ ਬਣਿਆ ਰਹੇਗਾ, ਰਮਜ ਬਣੀ ਰਹੇਗੀ। ਰਮਜ ਰਹਿਸ ਕਿਸ ਨੂੰ ਕਹਿੰਦੇ ਨੇ? ਅਸ਼ਚਰਜਤਾ, ਬਿਸਮਾਦ। ਸਾਇੰਟਿਸਟ ਕੋਲ ਬਿਸਮਾਦ ਨਹੀਂ ਆਉਂਦਾ, ਜਾਣ ਲਿਆ ਪਦਾਰਥ ਨੂੰ, ਧਿਆਨ ਬਿਖਰ ਗਿਆ, ਗਿਆਨ ਮਿਲ ਗਿਆ। ਚੋਟੀ ਦੇ ਸਾਇੰਟਿਸਟ ਕੋਲ ਵੀ ਵਿਆਕੁਲਤਾ ਬੇਚੈਨੀ ਹੋਵੇਗੀ, ਰਹਿਸ ਤੇ ਰਮਜ ਨਹੀਂ ਹੋਵੇਗੀ। ਰਹਿਸ ਤੇ ਰਮਜ ਸੰਤ ਕੋਲ ਆਉਂਦੀ ਹੈ, ਭਗਤ ਕੋਲ ਆਉਂਦੀ ਹੈ, ਬ੍ਰਹਮ ਗਿਆਨੀ ਕੋਲ ਆਉਂਦੀ ਹੈ। ਹਰ ਵਕਤ ਅਸ਼ਚਰਜਤਾ ਆਉਂਦੀ ਹੈ। ਕਹਿੰਦੇ ਨਾ, ਅਸ਼ਚਰਜਤਾ ਮਾਸੂਮ ਬੱਚੇ ਕੋਲ ਵੀ ਆਉਂਦੀ ਹੈ,
ਪਰ ਉਹਦੀ ਅਸ਼ਚਰਜਤਾ ਅਗਿਆਨ ਤੇ ਖੜੀ ਹੈ। ਫੁੱਲ ਨੂੰ ਵੇਖ ਕੇ ਵੀ ਅਸ਼ਚਰਜ ਹੋ ਜਾਂਦਾ ਹੈ, ਤਿੱਤਲੀ ਨੂੰ ਉੱਡਦਾ ਹੋਇਆ ਦੇਖ ਕੇ ਵੀ ਅਸ਼ਚਰਜ ਹੋ ਜਾਂਦਾ, ਭੌਰੇ ਦੀ ਗੁੰਜਾਰ ਸੁਣ ਕੇ ਵੀ ਮਾਸੂਮ ਬੱਚਾ ਅਸ਼ਚਰਜ ਹੋ ਜਾਂਦਾ ਹੈ। ਅਸ਼ਚਰਜ ਤਾਂ ਕਿੱਥੇ ਪੈਦਾ ਹੁੰਦੀ ਹੈ, ਜਾਣੀਏ ਤੇ ਪੂਰਾ ਜਾਣ ਨਾ ਸਕੀਏ। ਬੱਚੇ ਦੀ ਅਸ਼ਚਰਜਤਾ ਬੇਸਮਾਤ ਰਮਜ ਰਹੱਸ ਅਗਿਆਨ ਤੇ ਖੜਾ, ਉਹਨੂੰ ਸਮਝ ਨਹੀਂ ਹੈ। ਸੰਤ ਦਾ ਰਹੱਸ ਰਮਜ ਗਿਆਨ ਤੇ ਖੜਾ ਹੈ, ਕਿਹੜੇ ਗਿਆਨ ਤੇ ਖੜਾ ਹੈ? ਗਿਆਨ ਮਿਲ ਗਿਆ ਹੈ, ਪਰ ਪਤਾ ਚੱਲ ਗਿਆ ਪੂਰਾ ਗਿਆਨ ਨਹੀਂ ਮਿਲ ਸਕਦਾ, ਨਹੀਂ ਮਿਲ ਸਕਦਾ, ਨਹੀਂ ਮਿਲ ਸਕਦਾ। ਤੋ ਬਿਸਮ ਬਿਸਮ ਬਿਸਮੇ ਹੀ ਭਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਹੁਣ ਮੈਂ ਫਿਰ ਅਰਜ਼ ਕਰਾਂ, ਧਿਆਨ ਜਿਸ ਪਾਸੇ ਹੈ ਗਿਆਨ ਉਸੇ ਦਾ ਹੀ ਮਿਲੇਗਾ, ਉਸੇ ਦਾ ਹੀ ਜੋ ਹੈ ਮਿਲੇਗਾ। ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ, ਅਨੁਕੂਲ ਕਰੀਏ, ਉਂਝ ਨਹੀਂ ਮਿਲਦਾ। ਪਰਮਾਤਮਾ ਦੇ ਮਾਰਗ ਤੇ ਚਲਾਈਏ, ਗੁਰੂ ਪੰਥ ਤੇ ਚਲਾਈਏ। ਕਹਿੰਦੇ ਨੇ ਗੁਰੂ ਪੰਥ ਹੈ ਕਿ, ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹਦੀ ਸੰਤ ਵਿਨੋਬਾ ਭਾਵੇ ਨੇ ਬੜੀ ਭਾਰੀ ਵਿਆਖਿਆ ਕੀਤੀ ਹੈ। ਮੰਨੇ ਮਗ ਨ ਚੱਲੇ ਪੰਥ, ਮੰਨੇ ਧਰਮ ਸੇ ਤੀ ਸੰਬੰਧ। ਮਹਾਰਾਜ ਕਹਿੰਦੇ ਜੋ ਧਰਮ ਦਾ ਪੰਥ ਹੈ ਉਸੇ ਤੇ ਚੱਲਦਾ ਨਹੀਂ, ਤੇ ਜੋ ਧਰਮ ਦਾ ਪੰਥ ਨਹੀਂ ਹੈ ਉਸੇ ਤੇ ਚੱਲਦਾ ਹੈ। ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪਰਮਾਤਮਾ ਤੱਕ ਜਾਂਦਾ ਹੀ ਨਹੀਂ। ਮੰਨੇ ਮਗ ਨ ਚੱਲੇ ਪੰਥ, ਕਹਿੰਦੇ ਨੇ ਮਾਰਗ ਪਰਮਾਤਮਾ ਤੱਕ ਜਾਂਦਾ ਹੈ, ਭਾਵ ਇਹ ਕਰਮ ਧਾਰਮਿਕ ਹੈ। ਪਰ ਜਿਸ ਕਰਮ ਵਿੱਚ ਧਰਮ ਦੀ ਸੁਗੰਧ ਨਹੀਂ ਹੈ, ਪ੍ਰਭੂ ਨੂੰ ਮੰਨਣ ਵਾਲਾ ਉਸ ਮਾਰਗ ਤੇ ਨਹੀਂ ਚੱਲੇਗਾ, ਉਹ ਕਰਮ ਕਾਂਡ ਨਹੀਂ ਕਰੇਗਾ, ਨਹੀਂ ਕਰੇਗਾ। ਤੋ ਚਲੋ ਫਿਰ ਧਰਮ ਦਾ ਪੰਥ ਕੀ ਹੈ? ਇਹ ਸਲੋਕ 12 ਤੋਂ ਵਧੀਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਬੜੇ ਗਹਿਰਾਈ ਨਾਲ ਲੈਣਾ। ਮਹਾਰਾਜ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾਣਈ, ਭੂਲੀ ਫਿਰੇ ਗਵਾਰ, ਨਾਨਕ ਹਰ ਬਿਸਰਾਏ ਕੇ ਆਉਂਦੇ ਨਰਕ ਅੰਧਾਰ। ਪੰਥਾ ਪ੍ਰੇਮ, ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ ਹੈ, ਪ੍ਰੇਮ ਦਾ ਪੰਥ ਹੀ ਪਰਮਾਤਮਾ ਦਾ ਪੰਥ ਹੈ, ਪ੍ਰੇਮ ਦਾ ਪੰਥ ਹੀ ਗੁਰੂ ਦਾ ਪੰਥ ਹੈ, ਗੁਰੂ ਪੰਥ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ, ਮਠ ਭੋਲ ਨਾ ਮਾਨੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਦੋ ਗਿਆਨੀ ਲੜ ਪੈਣਗੇ, ਗਿਆਨ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ। ਦੋ ਦਾਨੇ ਵੀ ਲੜ ਪੈਣਗੇ, ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ। ਦੋ ਸੇਵਾਦਾਰ ਵੀ ਲੜ ਪੈਣਗੇ, ਸੇਵਾ ਕਰਦੇ ਹੋਇਆ। ਅਕਸਰ ਭਾਰਤ ਦੇ ਦੇਖਿਆ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ, ਜੋੜੇ ਝਾੜਨ ਵਾਲੇ ਮਨੁੱਖਾਂ ਨੂੰ ਝਾੜਨ ਲੱਗ ਪੈਂਦੇ ਨੇ, ਤੱਪੜ ਝਾੜਨ ਵਾਲੇ ਫਿਰ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ। ਸੇਵਾ ਕਰਕੇ ਵੀ ਹਿਰਦਾ ਸ਼ੁੱਧ ਨਹੀਂ ਆਉਂਦਾ। ਹਿਰਦਾ ਕਿਸ ਨਾਲ ਸ਼ੁੱਧ ਆਉਂਦਾ ਹੈ? ਪ੍ਰੇਮ ਨਾਲ, ਪ੍ਰੇਮ ਨਾਲ। ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਔਖਾ ਹੈ, ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹੁੰਚਾਉਣੀ ਬੜੀ ਔਖੀ ਹੈ,
ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਪਟ ਕਰਨਾ ਬੜਾ ਔਖਾ ਹੈ। ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਅਤੇ ਸਾਰੇ ਬ੍ਰਹਿਮੰਡ ਨਾਲ ਪ੍ਰੇਮ, ਪਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ? ਸਮੂਹ ਨਾਲ ਪ੍ਰੇਮ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋੜ ਮੜੀ ਮਠ ਬੋਲ ਨਵਾ ਨੇ, ਉਰਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਂਦਾ। ਪ੍ਰੇਮ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ ਆਉਂਦੀ। ਪਰ ਹੁਣ ਪ੍ਰੇਮ ਕਿਸ ਤਰ੍ਹਾਂ ਪੈਦਾ ਹੁੰਦਾ? ਜਿਹਨੂੰ ਰੋਜ਼ ਰੋਜ਼ ਯਾਦ ਕਰੀਏ, ਯਾਦ ਕਰੀਏ, ਯਾਦ ਹੀ ਪ੍ਰੇਮ ਬਣ ਜਾਂਦੀ। ਜਿਵੇਂ ਖਾਧਾ ਹੋਇਆ ਭੋਜਨ ਕੁਛ ਪੜਾਵਾਂ ਤੋਂ ਲੰਘ ਕੇ ਇੱਕ ਦਿਨ ਖੂਨ ਬਣ ਜਾਂਦਾ, ਬਾਰ ਬਾਰ ਦੀ ਯਾਦ ਹੀ ਪ੍ਰੇਮ ਬਣ ਜਾਂਦੀ। ਪਰ ਸਵਾਲ ਇਹ ਪੈਦਾ ਹੁੰਦਾ, ਹਿਰਦਾ ਕਿਹਨੂੰ ਯਾਦ ਕਰੇਗਾ? ਜਿਸ ਤੋਂ ਹਿਰਦਾ ਪ੍ਰਭਾਵਿਤ ਹੈ, ਦੂਜੇ ਨੂੰ ਨਹੀਂ ਯਾਦ ਕਰ ਸਕਦਾ। ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸਨੂੰ ਯਾਦ ਨਹੀਂ ਕਰੇਗਾ। ਇਹ ਵੀ ਮੈਂ ਸਮਝਦਾ, ਪਰਿਵਾਰ ਤੋਂ ਮਨ ਪ੍ਰਭਾਵਿਤ ਹੈ, ਪਰਿਵਾਰ ਦੀ ਯਾਦ ਆਪੇ ਚੱਲਦੀ ਹੈ, ਆਪੇ ਚੱਲਦੀ ਹੈ। ਕਿਆ ਵਾਜੇ ਵਜਾਉਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ? ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ? ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕਿਆ ਕਥਾ ਕਹਾਣੀਆਂ ਦੀ ਲੋੜ ਹੈ, ਫਿਲਸਫਾ ਘੋਟਣ ਦੀ ਲੋੜ ਹੈ? ਪਰਿਵਾਰ ਦੀ ਯਾਦ ਆਪੇ ਆਉਂਦੀ ਹੈ, ਪਦਾਰਥਾਂ ਦੀ ਯਾਦ ਆਪੇ ਆਉਂਦੀ ਹੈ। ਰਹਿ ਗਈ ਗੱਲ ਪਰਮਾਤਮਾ ਨੂੰ ਯਾਦ ਕਰਨਾ ਹੈ, ਵਾਜੇ ਵਜਾਓ, ਤਬਲੇ ਖੜਕਾਓ, ਕਥਾ ਕਰੋ, ਕਹਾਣੀਆਂ ਕਰੋ, ਫਿਲਸਫਾ ਘੋਟੋ, ਸਭ ਕੁਛ ਕਰੋ, ਪਰ ਮੈਂ ਅਰਜ਼ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ। ਕਾਰਨ, ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਨਹੀਂ ਯਾਦ ਕਰਦਾ। ਅਤੇ ਜਦ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿੱਥੇ? ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਉਹ ਯਾਦ ਬਣ ਜਾਂਦੀ ਹੈ, ਮਨ ਉਸਨੂੰ ਮੰਗਦਾ, ਚਾਹੀਦਾ ਮੈਨੂੰ, ਪ੍ਰਭਾਵਿਤ ਹੋ ਗਿਆ, ਇਹੀ ਯਾਦ ਪ੍ਰੇਮ ਬਣ ਜਾਂਦੀ ਹੈ। ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ, ਪਾਵਨ ਕਰ ਦਿੰਦਾ, ਪਵਿੱਤਰ ਕਰ ਦਿੰਦਾ। ਮਨੁੱਖੀ ਮਨ ਪਰਮਾਤਮਾ ਦੇ ਅਨੁਕੂਲ ਹੋਵੇ ਤੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ, ਗਿਆਨ ਤੇ ਪ੍ਰੇਮ, ਜਿਹਦੀ ਕੋਈ ਸੀਮਾ ਨਹੀਂ, ਅੰਤ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤੋ ਅਨੁਕੂਲ ਕਰਨ ਦਾ ਢੰਗ, ਸਤਿਗੁਰ ਨੇ ਪੰਜ ਪੜਾਵ ਦੱਸੇ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਜੋੜੀ ਪੰਜ ਬਾਣੀਆਂ ਪਾਈਆਂ। ਪ੍ਰਥਮ ਜਪ, ਆਪਦੀ ਗਿਆਤਲੀ ਅਰਜ਼ ਕਰਾਂ, ਜਪ ਬਾਣੀ ਦਾ ਨਾਮ ਹੈ। ਉੱਪਰ ਜੋ ਹੈ ਉਹ ਮੰਗਲਾ ਚਰਨ ਹੈ, ਮੂਲ ਮੰਤਰ। ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ, ਬਾਅਦ ਵਿੱਚ ਵੀ ਦੋ ਡੰਡੀਆਂ ਨੇ, ਬੰਦ ਕਰ ਦਿੱਤਾ ਹੈ। ਜਪ ਸ਼ਬਦ ਨੂੰ ਸਤਿਗੁਰ ਨੇ ਬੰਦ ਕਰ ਦਿੱਤਾ ਹੈ, ਇਹਨੂੰ ਉੱਪਰ ਵੀ ਨਾ ਜੋੜਨਾ, ਥੱਲੇ ਵੀ ਨਾ ਜੋੜਨਾ, ਸਿਰਫ ਬਾਣੀ ਦਾ ਨਾਮ ਹੈ। ਗੁਰ ਪ੍ਰਸਾਦ, ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ, ਇੱਕ ਪੰਕਤੀ ਪੂਰੀ ਹੋ ਗਈ। ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਹੋ ਗਿਆ, ਇਹ ਫੁੱਲ ਸਟਾਪ ਆਉਂਦਾ, ਪੰਕਤੀ ਪੂਰੀ ਹੋ ਗਈ। ਜਪ ਬਾਣੀ ਦਾ ਨਾਮ ਹੈ। ਹੁਣ ਜਪ ਸ਼ੁਰੂ ਹੁੰਦਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ, ਸਲੋਕ ਹੈ, ਪੌੜੀ ਵੀ ਨਹੀਂ ਹੈ, ਇਹ ਸਲੋਕ ਹੈ। ਗੁਰੂ ਗ੍ਰੰਥ ਸਾਹਿਬ ਦੇ ਸਲੋਕ ਨੇ, ਸਵਈਏ ਨੇ, ਕਵਿਤ ਨੇ,
ਛੰਦ ਨੇ, ਪਦੇ ਨੇ, ਔਰ ਪਦੇ ਵੀ ਕਈ ਤਰ੍ਹਾਂ ਦੇ, ਦੋ ਪਦੇ, ਤ੍ਰਿਪਦੇ, ਚੌਪਦੇ, ਪੰਜ ਪਦੇ, ਅਸ਼ਟਪਦੀਆਂ, ਦੋਹੇ ਨੇ। ਇਹ ਸਲੋਕ ਹੈ, ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਵਿੱਚ ਕਿੱਤਾ ਹੈ, ਰੁਬਾਈ ਹੈ, ਗਜ਼ਲ ਹੈ, ਨੰਦਲਾ ਹੈ, ਨੰਦ ਲਾਲ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਗਜ਼ਲਾਂ ਭਾਈ ਨੰਦ ਲਾਲ। ਕੁਛ ਨਜ਼ਮਾਂ ਵੀ ਨੇ ਉਹਦੇ 'ਚ, ਲੇਕਿਨ ਬਹੁਤੀਆਂ ਗਜ਼ਲਾਂ ਨੇ। ਉਰਦੂ ਸ਼ਾਇਰੀ ਦਾ ਇਹ ਰੂਪ ਹੈ। ਭਾਰਤ ਦੀ ਭਾਸ਼ਾਵਾਂ ਦੀ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ। ਛੰਦ ਹਜ਼ਾਰਾਂ ਕਿਸਮਾਂ ਦੇ ਨੇ, ਸੈਂਕੜੇ ਕਿਸਮਾਂ ਦੇ, ਅਤੇ ਆਪ ਦਸਮ ਗ੍ਰੰਥ ਦੇ ਦੇਖ ਸਕਦੇ ਹੋ। ਚਾਚਰੀ ਛੰਦ, ਭੁਜੰਗ ਪ੍ਰਿਆ ਛੰਦ, ਏਕ ਅਚਰੀ ਛੰਦ, ਹੈਰਾਨਗੀ ਆਉਂਦੀ ਹੈ, ਇਤਨੇ ਛੰਦ, ਇਤਨੇ ਪ੍ਰਕਾਰ ਦੇ ਛੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤੇ ਨੇ। ਮੈਂ ਤਾਂ ਇੱਥੇ ਤੱਕ ਸੁਣਿਆ, ਜਦ ਮੈਂ ਸ਼ਾਂਤੀ ਨਿਕੇਤਨ ਦੇਖਣ ਗਿਆ ਸੀ, ਰਾਵਿੰਦਰ ਨਾਥ ਟੈਗੋਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਹਿਬ ਤੋਂ ਛੰਦਾਬੰਦੀ ਸਿਖਾਉਂਦੇ ਸਨ, ਕਵਿਤਾ ਦੀ ਚਾਲ ਸਿਖਾਉਂਦੇ ਸਨ, ਬਈ ਸਿੱਖੋ ਗੁਰੂ ਗੋਬਿੰਦ ਸਿੰਘ ਤੋਂ। ਇੰਨੇ ਕਿਸਮਾਂ ਦੇ ਛੰਦ, ਇਤਨੇ ਪ੍ਰਕਾਰ ਦੇ ਛੰਦ, ਭੁਜੰਗ ਪ੍ਰਿਆਤ ਛੰਦ, ਜਿਵੇਂ ਸੱਪ ਟੇੜਾ ਚੱਲਦਾ ਨਾ, ਉਹ ਛੰਦ ਵੀ ਟੇੜਾ ਚੱਲਦਾ ਹੈ, ਜਿਹੜਾ ਟੇੜਾ ਚੱਲੇ। ਚਾਚਰੀ ਛੰਦ ਕੁਮਾਈਓਂ ਦੀ ਪਹਾੜੀਆਂ ਦੇ ਜਗਾਏ ਜਾਂਦੇ ਨੇ। ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਹੈ, ਸੰਗਤਾਂ ਆਉਂਦੀਆਂ ਨੇ, ਇਹ ਪਹਾੜੀ ਲੋਕ ਵੀ ਆਉਂਦੇ ਨੇ, ਹਿੰਦੂ ਵੀਰਸ, ਇਹ ਉੱਥੇ ਬੈਠ ਕੇ ਫਿਰ ਆਪਣੀ ਪਹਾੜੀ ਭਾਸ਼ਾ ਦੇ ਚਾਚਰੀ ਛੰਦ ਗਾਉਂਦੇ ਨੇ। ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਨੇ, ਜਿਤਨੇ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁੱਗਣੇ ਪਹਾੜੀਏ ਪਹੁੰਚਦੇ ਨੇ, ਕੁਮਾਈਓਂ ਦੀ ਪਹਾੜੀਆਂ। ਔਰ ਉੱਥੇ ਮੈਨੂੰ ਪਤਾ ਚੱਲਿਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ, ਮਹਾਨ ਛੰਦ ਹੈ, ਔਰ ਇਹਦੀ ਗਾਇਕੀ ਉਹਨਾਂ ਕੋਲ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਵਿੱਚ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਭੁਜੰਗ ਪ੍ਰਿਆਤ ਛੰਦ, ਸੰਗੀਤ ਭੁਜੰਗ ਪ੍ਰਿਆਤ ਛੰਦ ਵੀ ਹੈ, ਜਿਹਦੇ ਸੰਗੀਤ ਵੀ ਚੱਲੇਗਾ, ਛੰਦ ਵੀ ਚੱਲੇਗਾ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹਦੇ 'ਚ ਤੁਹਾਡਾ ਟਾਈਮ ਨਾ ਲਵਾਂ। ਇਹ ਸਲੋਕ ਹੈ, ਪੌੜੀ ਸ਼ੁਰੂ ਹੁੰਦੀ ਹੈ, ਸੋਚੇ ਸੋਚ ਨਾ ਹੋਵੇ, ਇਹ ਪਹਿਲੀ ਪੌੜੀ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਪੌੜੀ ਸਮਾਪਤ ਹੋ ਗਈ, ਇੱਕ ਪੌੜੀ। ਮੂਲ ਮੰਤਰ ਨੂੰ ਕਈ ਪਹਿਲੀ ਪੌੜੀ ਦਾ ਪਾਠ ਆਖੀ ਜਾਂਦੇ ਨੇ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁਰਦੁਆਰਿਆਂ ਦੇ। ਆਪਦੀ ਗਿਆਤਲੀ ਅਰਜ਼ ਕਰਾਂ, ਜਪ ਕਿਸ ਦਾ ਕਰਨਾ ਹੈ? ਸੱਚ ਦਾ ਕਰਨਾ ਹੈ। ਸੱਚ ਕੀ ਹੈ? ਜਿਹਦੇ ਹੁਕਮ ਵਿੱਚ ਸਭ ਕੁਛ ਹੈ, ਜਿਹਦੇ ਹੁਕਮ ਵਿੱਚ ਸਭ ਕੁਛ ਹੈ, ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ, ਉਹਦੀ ਬਣਾਈ ਹੋਈ ਮਰਿਆਦਾ ਤੋਂ ਬਾਹਰ ਕੁਛ ਵੀ ਨਹੀਂ। ਇੱਕ ਮਰਿਆਦਾ ਬਣਾ ਦਿੱਤੀ ਹੈ, ਇੰਨਾ ਵੱਡਾ ਸਾਗਰ ਹੈ, ਮੱਛਲੀ ਜਿੱਥੇ ਚਾਹੇ ਜਾ ਸਕਦੀ ਹੈ, ਜਾ ਸਕਦੀ ਹੈ, ਹਜ਼ਾਰਾਂ ਮੀਲ ਦੀ ਯਾਤਰਾ ਕਰ ਸਕਦੀ ਹੈ, ਬੰਗਾਲ ਦੀ ਖਾੜੀ 'ਚ ਵੀ ਜਾ ਸਕਦੀ ਹੈ, ਪ੍ਰਸ਼ਾਂਤ ਮਹਾਂਸਾਗਰ ਦੇ 'ਚ ਵੀ ਜਾ ਸਕਦੀ ਹੈ, ਇੰਡੀਅਨ ਓਸ਼ਨ ਦੇ ਵਿੱਚ ਵੀ ਜਾ ਸਕਦੀ ਹੈ, ਕਿਧਰੇ ਵੀ ਜਾ, ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ, ਲੱਖ ਵੀ ਯਤਨ ਕਰੇ ਨਹੀਂ ਜਾ ਸਕਦੀ, ਤੜਪ ਕੇ ਮਰ ਜਾਏ। ਭਰਮਣ ਕਰ ਸਕਦੀ ਹੈ ਸਾਗਰ ਦੇ 'ਚ, ਮਨੁੱਖ ਕੁਛ ਵੀ ਕਰੇ, ਜੋ ਉਸਨੇ ਮਰਿਆਦਾ ਬਣਾਈ ਹੈ ਉਸੇ ਦੇ 'ਚ ਹੀ ਕਰ ਸਕਦਾ, ਕਿਸੇ ਪਾਸੇ ਵੀ ਚੱਲ ਸਕਦਾ, ਕੁਛ ਵੀ ਕਰ ਸਕਦਾ, ਚੰਗਾ ਕਰ ਸਕਦਾ, ਮਾੜਾ ਕਰ ਸਕਦਾ, ਜਿਤਨੀ ਉਸਨੇ ਸੀਮਾ ਬਣਾਈ ਹੈ ਸਾਡੀ, ਉਸ ਸੀਮਾ ਦੇ 'ਚ ਅਸੀਂ ਨੇਕ ਵੀ ਕਰ ਸਕਦੇ ਹਾਂ, ਵੱਧ ਵੀ ਕਰ ਸਕਦੇ, ਬਣਾਈ ਉਸੇ ਨੇ, ਕਿਉਂਕਿ ਮਰਿਆਦਾ ਉਸੇ ਦੀ ਬਣਾਈ ਹੋਈ ਹੈ, ਸ਼ਕਤੀ ਉਸੇ ਦੀ ਦਿੱਤੀ ਹੋਈ ਹੈ,
ਸੰਤ ਕਹਿ ਦਿੰਦੇ ਨੇ ਸਭ ਕੁਛ ਤੇਰਾ, ਸਾਡਾ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੇਰੀ ਦਿੱਤੀ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ, ਤੂੰ ਹਿਰਦਾ ਹੀ ਨਾ ਦਿੰਦਾ ਕਿਵੇਂ ਯਾਦ ਕਰਦੇ, ਤੂੰ ਅਕਲ ਹੀ ਨਾ ਦਿੰਦਾ ਤੇ ਤੈਨੂੰ ਸਮਝਦੇ ਕਿਵੇਂ। ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀਤੀ, ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀਤੀ, ਤੇਰਾ ਗਿਆਨ ਮਿਲਿਆ, ਤੇਰਾ ਪ੍ਰੇਮ ਮਿਲਿਆ, ਆਨੰਦ ਮਿਲਿਆ, ਇਹ ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ। ਜਪ ਸੱਚ ਦਾ ਕਰਨਾ, ਵਿਅਕਤੀ ਦਾ ਨਹੀਂ, ਕਿਸ ਦਾ ਕਰਨਾ? ਜਿਹਦੇ ਹੁਕਮ ਦੇ ਵਿੱਚ ਸਭ ਕੁਛ ਚੱਲ ਰਿਹਾ, ਸਭ ਕੁਛ ਚੱਲ ਰਿਹਾ। ਇਹ ਬਾਰ ਬਾਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ। ਇਸ ਵਾਸਤੇ ਸਾਹਿਬ ਕਹਿੰਦੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਅਗਰ ਕੋਈ ਕਰਨ ਲੱਗ ਪਿਆ ਤਾਂ ਜਪ ਦੀ ਵੀ ਆਪਣੀ ਉਮਰ ਆਉਂਦੀ ਹੈ, ਜਿਵੇਂ ਸਰੀਰ ਦੀ ਉਮਰ ਹੈ ਨਾ। ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ, ਬੰਦਾ ਧਾਰਮਿਕ ਹੈ ਪਰ ਅਜੇ ਧਰਮ ਦਾ ਬਚਪਨਾ ਹੈ। ਦੇਖੋ ਬਚਪਨਾ, ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ, ਅਡਲਟ ਹੋ ਗਿਆ, ਸਿਆਣਾ ਹੋ ਗਿਆ, ਸੋਝਵਾਨ ਹੈ। ਬੰਦਾ ਧਾਰਮਿਕ ਹੈ ਤੇ ਬ੍ਰਹਮ ਗਿਆਨੀ ਹੋ ਗਿਆ, ਬਜ਼ੁਰਗ ਹੋ ਗਿਆ, ਇੱਥੇ ਬਜ਼ੁਰਗ ਹੋ ਗਿਆ, ਇਸਨੇ ਇੱਥੇ ਪਰਮ ਪਦ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਜਿਵੇਂ ਸਰੀਰ ਦਾ ਬਚਪਨਾ, ਜਵਾਨੀ ਤੇ ਬਜ਼ੁਰਗੀ ਆਉਂਦੀ ਹੈ, ਧਰਮ ਦਾ ਬਚਪਨਾ ਵੀ ਆਉਂਦਾ ਹੈ। ਭਗਤ ਕਬੀਰ ਕਹਿੰਦੇ ਨੇ, ਮੈਂ ਬਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ, ਕਿਸ ਤਰ੍ਹਾਂ ਮੱਥੇ ਤਿਲਕ ਹੱਥ ਮਾਲਾ ਵਾਨਾ ਲੋਗਨ ਰਾਮ ਖਿਲਾਉਣਾ ਜਾਣਾ। ਬੱਚੇ ਦੀ ਪਹਿਚਾਣ ਕੀ ਆਉਂਦੀ ਹੈ? ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸਦੇ ਅੰਦਰ ਬੜੀ ਪ੍ਰਬਲ ਹੁੰਦੀ ਹੈ। ਉਹਦੇ ਵਾਸਤੇ ਸਭ ਕੁਛ ਖਿਡਾਉਣਾ ਹੈ, ਸਭ ਕੁਛ ਖਿਡਾਉਣਾ ਹੈ। ਘਰ ਦੇ ਵਿੱਚ ਕੁਛ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ ਹੈ। ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਤੇ ਮਮਤਾ ਦਾ ਮਾਰਾਇਆ ਪਿਓ ਵੀ ਘੋੜਾ ਬਣ ਜਾਂਦਾ। ਠੀਕ ਹੈ, ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ, ਮਾਂ ਨੂੰ ਵੀ ਖਿਡਾਉਣਾ ਸਮਝੇ, ਯਕੀਨ ਜਾਣੋ ਗੁਸਤਾਖੀ ਮਾਂ ਉਹਦੀ ਦ੍ਰਿਸ਼ਟੀ 'ਚ ਗੁਰੂ ਖਿਡਾਉਣਾ, ਕਥਾ ਕੀਰਤਨ ਖਿਡਾਉਣਾ, ਸਭ ਕੁਛ ਖਿਡਾਉਣਾ। ਮਾਥੇ ਤਿਲਕ ਹੱਥ ਮਾਲਾ ਵਾਨਾ ਲੋਗਨ ਰਾਮ ਖਿਲਾਉਣਾ ਜਾਣਾ। ਜੋ ਥੋੜਾ ਜਿਹਾ ਸਮਾਂ ਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ, ਸਮਾਜਿਕ ਰਸਮ ਕਰਕੇ ਆ ਗਏ, ਕਿਸੇ ਕਾਮਨਾ ਕਰਕੇ ਆ ਗਏ, ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ। ਕਿਉਂ? ਸੁਣਿਆ ਹੀ ਨਹੀਂ। ਪ੍ਰਭਾਵ ਕਿਸ ਤਰ੍ਹਾਂ ਪਏਗਾ? ਉਹਦੇ ਗੁਣ ਨੂੰ ਸੁਣ, ਸਰਵਨਨ ਗੋਬਿੰਦ ਗੁਣ ਸੁਣੋ, ਪਰ ਗਾਓ ਰਸਨਾ ਗਈ, ਸੁਣੀਏ ਦੀ ਚਾਰ ਪੌੜੀਆਂ, ਮਨੀਏ ਦੀ ਚਾਰ ਪੌੜੀਆਂ, ਹਿਰਦਾ ਉਸ ਤੋਂ ਪ੍ਰਭਾਵਿਤ ਹੋਵੇ, ਤਾਂ ਹੀ ਮੰਗ ਕਰੇਗਾ, ਤਾਂ ਹੀ ਜਪ ਕਰੇਗਾ। ਅਗਰ ਪ੍ਰਭਾਵਿਤ ਹੀ ਨਹੀਂ, ਧਿਆਨ ਨਹੀਂ ਚਲੇਗਾ।